ਤੈਨੂੰ ਕਲੀ ਲਿਖਾਂ ਜਾਂ ਫੁੱਲ ਕੋਈ ਜਾਂ ਰੱਬ ਦੀ ਸੋਹਣੀ ਭੁੱਲ ਕੋਈ ਤੈਨੂੰ ਚੜ੍ਹਦੇ ਸੂਰਜ ਦੀ ਲਾਲੀ ਜਾਂ ਰਾਤ 'ਚ ਬਲਦਾ ਦੀਪ ਲਿਖਾਂ ਤੇਰੇ ਹੁਸਨ ਦੀ ਕਿਵੇਂ ਤਾਰੀਫ ਲਿਖਾਂ ਤੇਰੇ ਹੁਸਨ ਦੀ ਕਿਵੇਂ ਤਾਰੀਫ ਲਿਖਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਜਗਮੀਤ ਬਰਾੜਤੇ ਜੀ, ਲੈ ਕੇ ਹਾਜ਼ਰ ਹੋਏ ਹਾਂ ਅੱਜ ਹੁਸਨਾਂ ਦੀ ਮਲਕਾ ਜਿਹਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਉਨੀ ਦਿਨੀ ਪੂਰੀ ਧੂਮ ਮਚਾਤੀ ਸੀ, ਜਿਹਦਾ ਹਰ ਕੋਈ ਫੈਨ ਹੋ ਗਿਆ ਸੀ। ਹਾਂਜੀ, ਮੇਰੀ ਮੁਰਾਦ ਹੈ ਲੱਖਾਂ ਦਿਲਾਂ ਦੀ ਧੜਕਣ ਤੇ ਹੁਸਨਾਂ ਦੀ ਮਲਕਾ ਪ੍ਰੀਤੀ ਸਪਰੂ ਜੀ। ਸੋ ਦੋਸਤੋ, ਅੱਜ ਆਪਾਂ ਪ੍ਰੀਤੀ ਸਪਰੂ ਜੀ ਦੇ ਜੀਵਨ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਨੇ ਕਿਵੇਂ ਇਸ ਪੰਜਾਬੀ ਫਿਲਮ ਇੰਡਸਟਰੀ ਤੇ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ, ਕੀ ਉਹਨਾਂ ਨੇ ਲਾਈਫ ਦੇ ਸਟਰਗਲ ਕੀਤਾ, ਪੂਰੀ ਉਹਨਾਂ ਦੀ ਆਪਾਂ ਜੀਵਨੀ ਤੇ ਬਾਇਓਗ੍ਰਾਫੀ ਤੇ ਝਾਤ ਮਾਰਾਂਗੇ। ਪਰ ਉਸ ਤੋਂ ਪਹਿਲਾਂ ਦੋਸਤੋ, ਮੈਂ ਤੁਹਾਨੂੰ ਇੱਕ ਰਿਕੁਐਸਟ ਜ਼ਰੂਰ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੌਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ, ਤਾਂ ਪਲੀਜ਼ ਤੁਹਾਡੇ ਦੋਸਤ ਦੀ ਰਿਕੁਐਸਟ ਆ ਤੁਹਾਨੂੰ ਕਿ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਮਿੱਠਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਇਸ ਤੋਂ ਬਿਨਾਂ ਦੋਸਤੋ, ਆਪਣਾ ਫੇਸਬੁੱਕ 'ਤੇ ਬੌਲੀ ਹੌਲੀ ਬਾਬਾ ਦੇ ਨਾਮ ਦਾ ਫੇਸਬੁੱਕ 'ਤੇ ਪੇਜ ਬਣਿਆ ਹੋਇਆ, ਪਲੀਜ਼ ਉਹਨੂੰ ਵੀ ਜ਼ਰੂਰ ਲਾਈਕ ਕਰ ਲਿਓ। ਦੋਸਤੋ, ਹੁਣ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ, ਹੁਣ ਆਪਾਂ ਪ੍ਰੀਤੀ ਸਪਰੂ ਜੀ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਪ੍ਰੀਤੀ ਸਪਰੂ ਦਾ ਜਨਮ 24 ਦਸੰਬਰ 1961 ਨੂੰ ਪਲੱਸ ਬੰਗਲਾ ਬੰਬਈ, ਮਾਤਾ ਹਿਮਾਵਤੀ ਸਪਰੂ ਦੀ ਕੁੱਖੋਂ ਤੇ ਪਿਤਾ ਡੀ ਕੇ ਸਪਰੂ ਦੇ ਘਰ ਹੋਇਆ। ਉਹਨਾਂ ਦੇ ਮਾਤਾ ਪਿਤਾ ਵੀ ਐਕਟਿੰਗ ਲਾਈਨ ਨਾਲ ਸੰਬੰਧ ਰੱਖਦੇ ਸਨ। ਉਹਨਾਂ ਦੀ ਮਾਤਾ ਹਿਮਾਵਤੀ ਸਪਰੂ, ਜੋ ਕਿ ਉਸ ਸਮੇਂ ਬਹੁਤ ਹੀ ਵਧੀਆ ਐਕਟਰਸ ਸਨ, ਉਹਨਾਂ ਦਾ ਕਾਫੀ ਨਾਮ ਸੀ ਇੰਡਸਟਰੀ ਵਿੱਚ, ਤੇ ਉਹਨਾਂ ਦੇ ਪਿਤਾ ਡੀ ਕੇ ਸਪਰੂ, ਜੋ ਕਿ 350 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ। ਦੋਸਤੋ, ਜੇ ਆਪਾਂ ਉਹਨਾਂ ਦੇ ਭੈਣ ਭਰਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਭਰਾ ਤੇਜ ਸਪਰੂ, ਜੋ ਕਿ ਬਹੁਤ ਹੀ ਵਧੀਆ ਐਕਟਰ ਆ, ਉਹਨਾਂ ਨੇ ਕਾਫੀ ਸਾਰੀਆਂ ਹਿੰਦੀ ਤੇ ਪੰਜਾਬੀ ਫਿਲਮਾਂ ਵਿੱਚ ਆਪਣੀ ਐਕਟਿੰਗ ਦਾ ਜ਼ੋਰ ਦਿਖਾਇਆ ਤੇ ਲੋਕ ਉਹਨਾਂ ਦੀ ਐਕਟਿੰਗ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ। ਇਸ ਤੋਂ ਬਿਨਾਂ ਉਹਨਾਂ ਦੇ ਇੱਕ ਸਿਸਟਰ ਆ ਜਿਹਦਾ ਨਾਮ ਹੈ ਰੀਮਾ ਰਕੇਸ਼ ਨਾਥ, ਜਿਸ ਨੇ ਬਹੁਤ ਹੀ ਸੁਪਰਹਿੱਟ ਫਿਲਮਾਂ ਲਿਖੀਆਂ। ਉਹਨਾਂ ਦੀ ਜੋ ਕਾਫੀ ਹਿੱਟ ਨੇ ਫਿਲਮਾਂ, ਉਹ ਨੇ ਸਾਜਨ ਤੇ ਮੁਹੱਬਤ। ਇਸ ਫਿਲਮ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਸਲਾਹਿਆ। ਜੇ ਆਪਾਂ ਪ੍ਰੀਤੀ ਸਪਰੂ ਜੀ ਦੇ ਫੁੱਲ ਨੇਮ ਦੀ ਗੱਲ ਕਰੀਏ ਤਾਂ ਉਹਨਾਂ ਦਾ ਪੂਰਾ ਨਾਮ ਹੈ ਪ੍ਰੀਤੀ ਸਪਰੂ ਆਲੂਵਾਲੀਆ, ਤੇ ਉਹਨਾਂ ਦੇ ਹਸਬੈਂਡ ਦਾ ਨਾਮ ਹੈ ਉਪਵਾਨ ਸੁਦਰਸ਼ਨ ਆਲੂਵਾਲੀਆ। ਤੇ ਪ੍ਰੀਤੀ ਸਪਰੂ ਜੀ ਦੀ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਦੋ ਜੁੜਵੀਆਂ ਬੇਟੀਆਂ ਨੇ ਜਨਮ ਲਿਆ, ਇੱਕ ਦਾ ਨਾਮ ਹੈ ਰੀਆ ਵਾਲੀਆ ਤੇ ਦੂਜੀ ਦਾ ਨਾਮ ਹੈ ਰੀਨਾ ਵਾਲੀਆ। ਦੋਸਤੋ, ਜੇ ਆਪਾਂ ਇੱਥੇ ਤੁਹਾਡੇ ਨਾਲ ਹੁਣ ਪ੍ਰੀਤੀ ਸਪਰੂ ਜੀ ਦੀ ਐਜੂਕੇਸ਼ਨ ਦੀ ਗੱਲ ਕਰੀਏ, ਕੁਆਲੀਫਿਕੇਸ਼ਨ ਦੀ ਗੱਲ ਕਰੀਏ, ਤਾਂ ਉਹਨਾਂ ਨੇ ਆਪਣੀ ਜਿਹੜੀ ਸਕੂਲਿੰਗ ਆ ਉਹ ਕੰਪਲੀਟ ਕੀਤੀ ਸੀ ਸੈਂਟ ਜੋਸਫ ਹਾਈ ਸਕੂਲ ਜੂਹੂ ਬੰਬਈ ਤੋਂ, ਤੇ ਉਹਨਾਂ ਨੇ ਲਗਭਗ 13 ਸਾਲ ਦੀ ਉਮਰ ਦੇ ਸਨ ਜਦੋਂ ਉਹਨਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰ ਲਈ ਸੀ। ਉਹਨਾਂ ਨੇ 1979 ਵਿੱਚ ਆਪਣੀ ਜਿਹੜੀ ਪਹਿਲੀ ਡੈਬਿਊਟ ਫਿਲਮ ਕੀਤੀ ਸੀ ਹਾਬਰੀ, ਤੇ ਇਸ ਨੂੰ ਬਹੁਤ ਵਧੀਆ ਦਰਸ਼ਕਾਂ ਦਾ ਹੰਗਾਰਾ ਮਿਲਿਆ ਸੀ। ਜੇ ਦੋਸਤੋ ਆਪਾਂ ਪ੍ਰੀਤੀ ਸਪਰੂ ਜੀ ਦੇ ਪਰਿਵਾਰ ਦੀ ਜਿਹੜੀ ਆਪਾਂ ਫਿਲਮੀ ਲਾਈਨ ਨਾਲ ਸੰਬੰਧ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਪੂਰੇ ਦਾ ਪੂਰਾ ਪਰਿਵਾਰ ਆ ਉਹ ਬਾਲੀਵੁੱਡ ਵਿੱਚ ਪੂਰੀ ਤਰ੍ਹਾਂ ਫੇਮਸ ਆ। ਉਹਨਾਂ ਦਾ ਅਲੱਗ ਹੀ ਪਹਿਚਾਣ ਆ, ਪੂਰਾ ਨਾਮ ਆ ਬਾਲੀਵੁੱਡ 'ਚ, ਕਿਉਂਕਿ ਉਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਹੀ ਇਸ ਲਾਈਨ ਨਾਲ ਜੁੜੇ ਹੋਏ ਆ। ਦੋਸਤੋ, ਪ੍ਰੀਤੀ ਸਪਰੂ ਜੀ ਜਿਵੇਂ ਆਪਾਂ ਜਾਣਦੇ ਹਾਂ ਐਕਟਰਸ ਤਾਂ ਬਹੁਤ ਹੀ ਵਧੀਆ ਸਨ, ਇਸ ਦੇ ਨਾਲ ਨਾਲ ਜੇ ਉਹਨਾਂ ਦੇ ਆਪਾਂ ਹੋਰ ਟੈਲੈਂਟ ਦੀ ਗੱਲ ਕਰੀਏ ਤਾਂ ਉਹ ਰਾਈਟਰ ਬਹੁਤ ਵਧੀਆ ਸਨ। ਉਹਨਾਂ ਨੇ ਜ਼ਮੀਨ ਅਸਮਾਨ ਮੂਵੀ ਲਿਖੀ, ਜਿਸ ਵਿੱਚ ਸ਼ਸ਼ੀ ਕਪੂਰ, ਸੰਜੇ ਦੱਤ, ਰੇਖਾ, ਅਨੀਤਾ ਰਾਜ ਇਹਨਾਂ ਨੇ ਕੰਮ ਕੀਤਾ, ਤੇ ਫਿਲਮ ਆਈ ਸੀ 2013 ਵਿੱਚ। ਇਸ ਤੋਂ ਬਿਨਾਂ ਦੋਸਤੋ ਉਹਨਾਂ ਨੇ ਐਜ਼ ਏ ਡਾਇਰੈਕਟਰ ਵੀ ਆਪਣੀ ਭੂਮਿਕਾ ਨਿਭਾਈ ਤੇ ਪ੍ਰੋਡਿਊਸਰ ਵੀ। ਉਹਨਾਂ ਨੇ ਐਜ਼ ਏ ਡਾਇਰੈਕਟਰ ਤੇ ਪ੍ਰੋਡਿਊਸਰ ਫਿਲਮ ਜਿਹੜੀ ਲੈ ਕੇ ਆਉਂਦੀ ਸੀ ਉਹ ਸੀ ਕੁਰਬਾਨੀ ਜੱਟੀ ਦੀ। ਦੋਸਤੋ, ਕੁਰਬਾਨੀ ਜੱਟੀ ਦੀ ਫਿਲਮ ਲਈ ਪ੍ਰੀਤੀ ਸਪਰੂ ਜੀ ਨੂੰ ਜਿਹੜਾ ਅਵਾਰਡ ਮਿਲਿਆ ਸੀ ਉਹ ਸੀ ਮਹਿਲਾ ਸ਼੍ਰੋਮਣੀ ਅਵਾਰਡ, ਜਿਹੜਾ 1998 ਵਿੱਚ ਮਿਲਿਆ ਸੀ। ਤੇ ਇੱਥੇ ਇੱਕ ਹੋਰ ਵੀ ਗੱਲ ਦੱਸਣ ਵਾਲੀ ਹੈ ਕਿ ਪੰਜਾਬੀ ਫਿਲਮ ਹਿਸਟਰੀ ਵਿੱਚ ਇਹ ਪਹਿਲੀ ਵਾਰੀ ਹੋਇਆ ਸੀ ਕਿ ਕਿਸੇ ਲੇਡੀ ਨੇ ਇੱਕ ਫਿਲਮ ਡਾਇਰੈਕਟ ਕੀਤੀ ਸੀ। ਸੋ ਇਹ ਵੀ ਪ੍ਰੀਤੀ ਸਪਰੂ ਜੀ ਲਈ ਬਹੁਤ ਮਾਣ ਦੀ ਗੱਲ ਸੀ। ਦੋਸਤੋ, ਜੇ ਆਪਾਂ ਗੱਲ ਕਰੀਏ ਕਿ ਪ੍ਰੀਤੀ ਸਪਰੂ ਜੀ ਨੂੰ ਹੋਰ ਕਿਹੜੇ ਅਵਾਰਡ ਮਿਲੇ ਤਾਂ ਉਹਨਾਂ ਨੂੰ ਪੰਜਾਬ ਸਟੇਟ ਅਵਾਰਡ 1995 'ਚ ਮਿਲਿਆ ਸੀ। ਇਸ ਤੋਂ ਬਿਨਾਂ ਉਹਨਾਂ ਨੂੰ ਪੰਜਾਬੀ ਰਤਨਾ ਅਵਾਰਡ ਮਿਲਿਆ ਤੇ ਹਮਦਰਦ ਅਵਾਰਡ ਮਿਲਿਆ, ਫਿਰ ਉਹਨਾਂ ਨੂੰ ਪੰਜਾਬੀ ਲੀਜੈਂਡ ਅਵਾਰਡ ਮਿਲਿਆ, ਜੋ ਉਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਬਹੁਤ ਵਧੀਆ ਕੰਮ ਕੀਤਾ ਸੀ। ਤੇ ਇਹ ਅਵਾਰਡ ਉਹਨਾਂ ਨੂੰ ਪ੍ਰਣਬ ਮੁਖਰਜੀ, ਜੋ ਕਿ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਦਿੱਤਾ। ਦੋਸਤੋ, ਹੋਰ ਵੀ ਜੇ ਆਪਾਂ ਗੱਲ ਕਰੀਏ ਤਾਂ ਪ੍ਰੀਤੀ ਸਪਰੂ ਜੀ ਨੇ ਕਾਫੀ ਸਾਰੀਆਂ ਹਿੰਦੀ ਤੇ ਪੰਜਾਬੀ ਫਿਲਮਾਂ ਵਿੱਚ ਕੀਤਾ, ਉਹਨਾਂ ਨੇ ਕਾਫੀ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਲੀਡ ਰੋਲ ਕੀਤਾ, ਹਿੰਦੀ ਫਿਲਮਾਂ ਵਿੱਚ ਵੀ ਉਹਨਾਂ ਨੇ ਲੀਡ ਰੋਲ ਕੀਤਾ, ਪਰ ਉਹਨਾਂ ਨੇ ਕਾਫੀ ਫਿਲਮਾਂ ਵਿੱਚ ਸਪੋਰਟਿੰਗ ਰੋਲ ਵੀ ਕੀਤਾ, ਜਿਸ ਲਈ ਉਹਨਾਂ ਨੂੰ ਬਹੁਤ ਜ਼ਿਆਦਾ ਸਲਾਹਿਆ ਗਿਆ।
ਉਹਨਾਂ ਨੂੰ ਸੋਸ਼ਲ ਜਿਹੜਾ ਵਰਕ ਆ ਕਰਨ ਵਿੱਚ ਵੀ ਬਹੁਤ ਜ਼ਿਆਦਾ ਇੰਟਰਸਟ ਆ। ਉਹ ਅਕਸਰ ਹੀ ਜਿਹੜੇ ਸੋਸ਼ਲ ਵਰਕ ਕਰਦੇ ਰਹਿੰਦੇ ਆ, ਆਪਣਾ ਉਹਨਾਂ ਨੂੰ ਡੋਨੇਸ਼ਨ ਦੇਣਾ, ਅਲੱਗ ਅਲੱਗ ਜਿਹੜੀਆਂ NGOs ਆ ਉਹ ਵੀ ਉਹਨਾਂ ਨੂੰ ਇੱਕ ਦਿਲੀ ਚਾਹਤ ਹੁੰਦੀ ਆ, ਉਹ ਹਰੇਕ ਦੀ ਮਦਦ ਕਰਨਾ ਪਸੰਦ ਕਰਦੇ ਆ। ਉਹਨਾਂ ਦਾ ਪੋਲੀਟਿਕਸ ਵਿੱਚ ਵੀ ਕਾਫੀ ਜ਼ਿਆਦਾ ਇੰਟਰਸਟ ਹੈ ਅਤੇ ਉਹ ਮੋਦੀ ਜੀ ਦੇ ਵੀ ਕਾਫੀ ਜ਼ਿਆਦਾ ਫੈਨ ਨੇ ਪਹਿਲਾਂ ਤੋਂ ਹੀ। ਅਤੇ ਜਿਹੜੀ ਪਿੱਛੇ ਜੇ ਫਤਿਹ ਰੈਲੀ ਹੋਈ ਸੀ ਪੰਜਾਬ ਵਿੱਚ, ਉਸ ਵਿੱਚ ਵੀ ਉਹਨਾਂ ਨੇ ਪਾਰਟੀਸਪੇਟ ਕੀਤਾ। ਬਾਕੀ ਜਿਹੜੇ ਪੰਜਾਬੀ ਦਰਸ਼ਕ ਆ ਉਹਨਾਂ ਨੂੰ ਇਕੱਲੇ ਪੰਜਾਬ ਵਿੱਚ ਹੀ ਨਹੀਂ ਚਾਹੁਣ ਵਾਲੇ, ਪੂਰੇ ਦੇਸ਼ ਵਿੱਚ, ਪੂਰੀ ਦੁਨੀਆ ਵਿੱਚ ਉਹਨਾਂ ਦੇ ਲੱਖਾਂ ਹੀ ਫੈਨ ਨੇ ਅਤੇ ਉਹਨਾਂ ਨੂੰ ਬਹੁਤ ਦਿਲੋਂ ਪਿਆਰ ਕਰਦੇ ਆ। ਦੋਸਤੋ ਜੇ ਆਪਾਂ ਗੱਲ ਕਰੀਏ ਪ੍ਰੀਤੀ ਸਪਰੂ ਜੀ ਦੀਆਂ ਫਿਲਮਾਂ ਦੀ ਤਾਂ ਕਾਫੀ ਲੰਬੀ ਲਿਸਟ ਆ, ਪਰ ਜਿਹੜੀਆਂ ਬਹੁਤ ਹਿੱਟ ਰਹੀਆਂ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ, ਜਿਵੇਂ ਲਵਾਰਸ, ਉੱਚਾ ਦਰ ਬਾਬੇ ਨਾਨਕ ਦਾ, ਸਰਪੰਚ, ਅਵਤਾਰ, ਆਸਰਾ, ਪਿਆਰ ਦਾ, ਨਿੰਮੋ, ਜਹਾਂਗੀਰ, ਜਿਗਰੀ ਯਾਰ, ਯਾਰੀ ਜੱਟੀ ਦੀ, ਤਹਿਖਾਨਾ, ਫਿਰ ਨਜਰਾਨਾ, ਕੁਰਬਾਨੀ ਜੱਟੀ ਦੀ, ਫਿਰ ਆਜ ਕਾ ਅਰਜਨ, ਫਿਰ ਮਹਿੰਦੀ ਸ਼ਗਨਾਂ ਦੀ, ਅਤੇ ਇਹ ਉਹਨਾਂ ਦੀਆਂ ਜਿਹੜੀਆਂ ਫਿਲਮਾਂ ਸੀ ਕਾਫੀ ਹਿੱਟ ਰਹੀਆਂ। ਹੋਰ ਇਸ ਤੋਂ ਬਿਨਾਂ ਵੀ ਉਹਨਾਂ ਨੇ ਕਾਫੀ ਹਿੰਦੀ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ। ਦੋਸਤੋ ਪ੍ਰੀਤੀ ਸਪਰੂ ਜੀ ਨੇ ਜੋ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਬਹਿਮੁੱਲਾ ਯੋਗਦਾਨ ਦਿੱਤਾ, ਇਸ ਕਰਕੇ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ, ਸਲਾਮ ਕਰਦੇ ਹਾਂ, ਕਿਉਂਕਿ ਇਹੋ ਜਿਹੇ ਵਧੀਆ ਅਦਾਕਾਰਾਂ, ਐਕਟਰਸ ਕਰਕੇ, ਐਕਟਰਾਂ ਕਰਕੇ ਹੀ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਹੈ ਜੋ ਬੁਲੰਦੀਆਂ ਨੂੰ ਛੂਹ ਰਹੀ ਆ। ਸੋ ਅਸੀਂ ਅੰਤ ਵਿੱਚ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਾਂਗੇ ਕਿ ਪ੍ਰੀਤੀ ਸਪਰੂ ਜੀ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ, ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਇਸੇ ਤਰ੍ਹਾਂ ਉਹ ਖੁਸ਼ ਰਹਿਣ। ਸੋ ਦੋਸਤੋ ਤੁਹਾਨੂੰ ਅੰਤ ਵਿੱਚ ਇੱਕ ਵਾਰੀ ਫਿਰ ਰਿਕੁਐਸਟ ਕਰਾਂਗੇ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਮਿੱਠਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਇਸ ਤੋਂ ਬਿਨਾਂ ਜੇਕਰ ਤੁਹਾਡੀ ਕੋਈ ਫਰਮਾਇਸ਼ ਹੈ ਤੁਸੀਂ ਮੈਸੇਜ ਕਰਕੇ ਵੀ ਦੱਸ ਸਕਦੇ ਹੋ, ਕਿਉਂਕਿ ਆਪਣਾ ਬੋਲੀ ਹੌਲੀ ਬਾਬਾ ਦਾ ਨਾਮ ਫੇਸਬੁੱਕ 'ਤੇ ਪੇਜ ਬਣਿਆ ਹੋਇਆ ਹੈ, ਜਾਂ ਤੁਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸ ਸਕਦੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਾਂ ਤੁਹਾਡੀ ਕੋਈ ਹੋਰ ਕੀ ਫਰਮਾਇਸ਼ ਆ। ਸੋ ਦੋਸਤੋ ਇੰਨੇ ਸ਼ਬਦ ਨਾਲ ਤੁਹਾਡਾ ਦੋਸਤ ਜਗਮੀਤ ਬਰਾੜ ਤੁਹਾਡੇ ਤੋਂ ਲੈਂਦਾ ਹੈ ਇਜਾਜ਼ਤ। ਮਿਲਦੇ ਹਾਂ ਕਿਸੇ ਹੋਰ ਵਧੀਆ ਵੀਡੀਓ ਨਾਲ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤਰੱਕੀ ਬਖਸ਼ੇ। ਸਤਿ ਸ਼੍ਰੀ ਅਕਾਲ ਜੀ।